हाय मेरा भाई, हाय मेरा भाई, हाय मम्मी, मम्मी मम्मी, हाय मेरा भाई, हाय मेरा भाई। प्यो ने अपने ही पुत दा करता कतल, ਘਰੇਲੂ ਕਲੇਸ਼ ਦੇ ਚੱਲਦੇ ਪੁੱਤ ਦੇ ਮਾਰੀ ਗੋਲੀ। ਤਾਂ ਦੱਸ ਦਈਏ ਕਿ ਆਪਣੇ ਭਰਾ ਨੂੰ ਇਨਸਾਫ ਦਿਵਾਉਣ ਦੇ ਲਈ ਪਿਤਾ ਲਈ ਫਾਂਸੀ ਮੰਗ ਰਹੀ ਹੈ ਇਹ ਭੈਣ। ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ, ਜਿੱਥੇ ਪਿਓ ਨੇ ਪੁੱਤ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਤਾਂ ਪੂਰਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਓ ਨੇ ਆਪਣੇ ਹੀ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਫੌਜ ਦੇ ਵਿੱਚੋਂ ਰਿਟਾਇਰਡ ਸੀ, ਤਾਂ ਹੁਣ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀ। ਉਸਦਾ ਕਿਸੇ ਦੇ ਨਾਲ ਨਜਾਇਜ਼ ਸੰਬੰਧ ਸੀ, ਜਿਸ ਕਾਰਨ ਘਰ ਦੇ ਵਿੱਚ ਕਈ ਵਾਰ ਕਲੇਸ਼ ਰਹਿੰਦਾ ਸੀ। ਤਾਂ ਬੀਤੀ ਰਾਤ 11 ਵਜੇ ਦੇ ਕਰੀਬ ਉਸਨੇ ਆਪਣੇ ਮੁੰਡੇ ਅਮਨਦੀਪ ਸਿੰਘ ਦੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਪੁਲਿਸ ਨੇ ਦੱਸਿਆ ਕਿ ਸੰਬੰਧ ਵਿੱਚ ਗੋਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਭੈਣ ਨੇ ਕਿਹਾ ਕਿ ਮੇਰੇ ਪਿਓ ਨੇ ਮੇਰੇ ਭਰਾ ਨੂੰ ਮਾਰ ਦਿੱਤਾ, ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਸ ਨੂੰ ਲੈ ਕੇ ਸਾਰੇ ਪਿੰਡ ਵਾਸੀ ਮ੍ਰਿਤਕ ਦੇ ਘਰ ਦੇ ਵਿੱਚ ਮੌਜੂਦ ਸੀ ਤੇ ਪੂਰੇ ਪਿੰਡ ਦੇ ਵਿੱਚ ਦੁੱਖ ਦਾ ਮਾਹੌਲ ਹੈ। ਤਾਂ ਵੇਖ ਸਕਦੇ ਹੋ ਕਿ ਕਿਵੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਜਿੱਥੇ ਇੱਕ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਹੁਣ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਤਾਂ ਪੁਲਿਸ ਦੇ ਵੱਲੋਂ ਲਗਾਤਾਰ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ। ਮੇਰੇ ਡੈਡੀ ਨੇ ਮੇਰੇ ਭਾਈ ਦੇ ਗੋਲੀ ਮਾਰਤੀ। ਕਿਉਂ ਮਾਰੀ ਅਸੀਂ? ਹੋਰ ਦੀ ਵੀ ਨਾ ਵਿਆਹ ਕਰੋ ਉਹਨੂੰ ਮੇਰਦਾ ਜੀ। ਉਹ ਕਹਿੰਦਾ ਘਰੋਂ ਨਿਕਲੋ, ਮੈਨੂੰ ਪਸੰਦ ਨਹੀਂ ਹੈਗੀ ਤੇਰੀ ਮਾਂ, ਤੁਸੀਂ ਨਿਕਲੋ ਇੱਥੋਂ ਸਾਰੇ ਜਣੇ। ਮੇਰੇ ਭਾਈ ਦੇ ਗੋਲੀ ਮਾਰਤੀ, ਸਾਡੇ ਤਿੰਨਾਂ ਦੇ ਕੱਢਦਾ ਸੀ। ਉਹ ਤਾਂ ਰਸਤੇ 'ਚ ਕੋਈ ਆ ਗਿਆ, ਉਹਨਾਂ ਨੇ ਬਚਾ ਲਿਆ ਮੈਨੂੰ, ਮੇਰੇ ਭਾਈ ਮੇਰੀ ਮਾਮੀ ਨੂੰ। ਆ ਮੇਰੇ ਭਾਈ ਨੂੰ ਮਾਰਦਾ ਵਾ, ਉਹਨੂੰ ਸਜ਼ਾ ਸੁਣਾ ਦਿਓ, ਉਹਨੂੰ ਫਾਂਸੀ ਦੇ ਦਿਓ। ਆਏ ਮੇਰੀ ਮਾਂ, ਆਏ ਮੈਂ ਕਿਵੇਂ ਕੱਟੂ ਮੇਰੇ ਭਾਈ ਬਿਨਾ, ਆਏ ਮੇਰਾ ਛੋਟਾ ਜਿਹਾ ਭਾਈ ਮੇਰਾ, ਆਏ ਮੇਰਾ ਭਾਈ, ਆਏ ਮੇਰਾ ਭਾਈ, ਆਏ ਮੇਰਾ ਭਾਈ ਮਾਂ। ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ, ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ। ਕਿ ਕੱਲ੍ਹ ਤਾਂ ਕੁਛ ਜ਼ਿਆਦਾ ਹੱਦ ਪਾਰ ਗਿਆ ਕਰ ਗਿਆ ਵੀ ਬੱਚਿਆਂ ਨੂੰ, ਪਹਿਲਾਂ ਤਾਂ ਉਹਨਾਂ ਦੇ ਮਾਂਗਰ ਪੈ ਗਿਆ ਰਾਈਫਲ ਲੈ ਕੇ, ਤਾਂ ਕਿ ਜੋ ਬਾਹਰ ਬੱਚੇ ਉਹਨਾਂ ਤੋਂ ਖਹਿੜਾ ਛਡਾ ਕੇ ਬਾਹਰ ਨੂੰ ਭੱਜੇ, ਤਾਂ ਬਾਹਰ ਭੱਜਣ ਸਾਰ ਨਿਕਲ ਕੇ ਬਾਹਰ ਹੀ ਉੱਥੇ ਗਲੀ 'ਚ ਖੜ ਕੇ ਫਾਇਰ ਮਾਰਿਆ। ਅਜਿਹਾ ਕੀ ਕਾਰਨ ਸੀ ਜਿਹੜਾ ਕਿ ਹਮੇਸ਼ਾ ਹੀ ਕੁੱਟਮਾਰ ਰਹਿੰਦੀ ਸੀ? ਇਹ ਕੀ ਇਹਦਾ ਕਾਰਨ ਸੀਗਾ ਜੀ, ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ, ਉਹ ਗਲਤ ਚੱਲ ਰਹੇ ਸੀਗੇ, ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਿਹਾ ਸੀਗਾ। ਨੌਜਵਾਨ ਦੀ ਕਿੰਨੀ ਉਮਰ ਸੀ ਜੀ ਇਹਦੀ, ਕੀ ਕਰਦਾ ਸੀ? 19 ਸਾਲ ਦੀ ਉਮਰ ਸੀ ਜੀ, ਸਟੱਡੀ ਕਰ ਰਿਹਾ ਸੀਗਾ। ਅੱਛਾ, ਕਿੱਥੇ ਕਰ ਪੜ੍ਹਦਾ ਸੀਗਾ ਜੀ? ਇਹ ਆਪਣੇ ਭਿੱਖੀ ਕੋਲ ਕਾਲਜ 'ਚ ਜੀ। ਅੱਛਾ ਜੀ, ਹਾਂਜੀ। ਕੀ ਕਾਰਨ ਕੀ ਹੋਇਆ, ਮਤਲਬ ਵੀ ਕਿਉਂ, ਮਤਲਬ ਇਹਨਾਂ ਦੀ ਜਿਹੜੀ ਮੌਤ ਲਈ? ਇਹਦੇ ਕਾਰਨ ਤਾਂ ਸਰ ਇਹੀ ਸੀਗਾ ਵੀ ਉਹ ਕਹਿ ਰਿਹਾ ਸੀ ਵੀ ਮੈਂ ਦੂਜੀ ਮੈਰਿਜ ਕਰਾਉਣੀ ਆ। ਅੱਛਾ, ਹਾਂਜੀ। ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ, ਇਹ ਤਾਂ ਕੁਦਰਤੀ ਵੀ ਸਾਰੇ ਆਂਢ ਗਵਾਂਢ ਆ ਗਏ, ਨਾਲ ਦੇ ਜਿਹੜੇ ਰਿਲੇਟਿਵ ਸੀਗੇ ਉਹਨਾਂ ਨੇ ਆ ਕੇ ਰਾਈਫਲ ਫੜ ਲਈ, ਨਹੀਂ ਤਾਂ ਤਕਰੀਬਨ 2 ਮਿੰਟ ਦੀ ਦੂਰੀ 'ਤੇ ਸਾਰਿਆਂ ਨੂੰ ਮਾਰ ਦੇਣਾ ਸੀ, ਤਿੰਨਾਂ ਜਣਿਆਂ ਨੂੰ। ਇਹ ਮ੍ਰਿਤਕ ਜਿਹੜਾ ਲੜਕਾ, ਉਹਦਾ ਡੈਡੀ ਕੰਮ ਕੀ ਕਰਦੇ ਨੇ ਜੀ? ਉਹ ਇਹ ਜੀ ਰਿਟਾਇਰ ਆਰਮੀ 'ਚ ਸੀਗੇ, ਹੁਣ ਆਪਣੇ ਸਤੌਜ ਉਹ 'ਚ ਊਧਮ ਸਿੰਘ ਉਹ 'ਚ ਲੱਗੇ, ਅਕੈਡਮੀ 'ਚ ਲੱਗੇ ਹੋਏ ਨੇ, ਸਿਕਿਉਰਿਟੀ ਵਾਜ ਡਿਊਟੀ ਕਰਦੇ ਨੇ। ਉਹ ਪਹਿਲਾਂ ਵੀ ਆਪਣੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ, ਕੋਈ ਮਾੜਾ ਮੋਟਾ ਜਿਵੇਂ ਆਮ ਪਰਿਵਾਰ 'ਚ ਹੁੰਦਾ ਰਹਿੰਦਾ ਹੈਗਾ, ਪਰ ਉਹ ਹੈ ਹੀ ਗਲਤ ਹੈਗਾ।
ਜੋ ਸਾਰਾ ਪਿੰਡ ਹੀ ਮਤਲਬ ਉਹਨੂੰ ਪਤਾ ਹੈਗਾ ਸਾਰੇ ਪਿੰਡ ਨੇ ਕੀ 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 ਲੜਾਈ ਝਗੜਾ ਕਿਉਂ ਹੁੰਦਾ ਸੀਗਾ। ਲੜਾਈ ਝਗੜਾ ਤਾਂ ਜਿਵੇਂ ਬੰਦਾ ਜਦੋਂ ਗਲਤ ਹੁੰਦਾ ਹੈਗਾ ਫਿਰ ਉਹ ਸੋਚਦਾ ਵੀ ਮੇਰਾ ਪਰਿਵਾਰ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ, ਜਦੋਂ ਕੋਈ ਗਲਤ ਹੋਵੇ ਤਾਂ ਉਹਨੂੰ ਦੂਸਰਾ ਹੀ ਵਧੀਆ ਲੱਗਦਾ ਹੈਗਾ। ਮਤਲਬ ਮਾੜਾ ਮੋਟਾ ਜਿਵੇਂ ਬੱਚੇ ਟੋਕਦੇ ਰਹਿੰਦੇ ਨੇਗੇ, ਫਿਰ ਵੀ ਜਿਵੇਂ ਨੌਜਵਾਨ ਅੱਜ ਦੇ ਉਹਨਾਂ ਨੂੰ ਪਤਾ ਪੜ੍ਹਿਆ ਲਿਖਿਆ ਸੀਗਾ ਬੱਚਾ, ਪਰ ਇਹ ਵੀ ਫੌਜ 'ਚੋਂ ਰਿਟਾਇਰਡ ਹੈਗਾ ਗਾ, ਉਹਨੇ ਬੱਚੇ ਨੇ ਮਾੜਾ ਮੋਟਾ ਕੁਛ ਕਿਹਾ ਹੋਣਾ ਵੀ ਤੂੰ ਇਸ ਤਰ੍ਹਾਂ ਨਾ ਕਰ। ਉਹ ਮਤਲਬ ਡਰਿੰਕ ਵਗੈਰਾ ਕਰ ਲੈਂਦਾ ਸੀਗਾ, ਡਰਿੰਕ ਕਰੀ ਹੋਈ ਸੀਗੀ ਉਹਦੇ ਲਵੇ, ਆਪਦੀ ਲਾਇਸੈਂਸ ਸੀ, ਰਾਈਫਲ ਹੈਗੀ ਹੈਗੀ, ਤਾਂ ਉਹ ਬੱਚਾ ਚਲੋ ਬਾਹਰ ਭੱਜ ਗਿਆ। ਕੁੜੀ ਨੇ ਬਚਾਉਣ ਦੀ ਵਿਚਾਰੀ ਨੇ ਬਹੁਤ ਕੋਸ਼ਿਸ਼ ਕਰੀ, ਤਾਂ ਗੁਆਂਢੀਆਂ ਦਾ ਗੇਟ ਖਿਲਾਰਿਆ ਸੀਗਾ, ਪਰ ਉਹ ਪਿੱਛੇ ਆ ਗਿਆ ਤਾਂ ਉਹਨੇ ਪਿੱਛੋਂ ਉਹਦੇ ਸਿੱਧੀ ਗੋਲੀ ਮਾਰੀ, ਤਾਂ ਉਹ ਬੱਚੇ ਦੀ 10-15 ਮਿੰਟਾਂ ਬਾਅਦ ਡੈਥ ਹੋ ਗਈ ਵਿਚਾਰੇ ਦੀ। ਕੀ ਕਰਦਾ ਜੀ ਨੌਜਵਾਨ ਜੀ? ਉਹ ਪੜ੍ਹ ਰਿਹਾ ਸੀਗਾ, ਗ੍ਰੈਜੂਏਸ਼ਨ ਦਾ ਵਿਦਿਆਰਥੀ ਸੀਗਾ ਜੀ। ਹੋਰ ਕੌਣ ਕੌਣ ਸੀ ਪਰਿਵਾਰ 'ਚ? ਉਹਦੀ ਸਿਸਟਰ ਹੈਗੀ, ਉਹਦੀ ਮਦਰ ਹੈਗੀ, ਅਤੇ ਉਹਦਾ ਬਾਪ ਜਿਹੜਾ ਹੁਣ ਉਹ ਤਾਂ ਚਲੋ ਹੈ ਹੀ ਹੈਗਾ ਗਾ। ਰਿਟਾਇਰ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ? ਹੋਇਆ ਉਹਨੂੰ 2-4 ਸਾਲ ਹੀ ਹੋਏ ਨੇ ਰਿਟਾਇਰਮੈਂਟ ਹੋਈ ਨੇ ਜੀ। ਅੱਛਾ, ਹੁਣ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਿਸੇ ਸਕੂਲ 'ਚ ਕਰਦਾ ਸੀਗਾ ਜੀ। ਠੀਕ, ਕਿੰਨੀ ਕੁ ਉਮਰ ਸੀ ਉਹਦੀ? ਉਮਰ ਹੋਣੀ ਜੀ ਉਹਦੀ 40-45 ਸਾਲ ਦੇ ਕਰੀਬ ਅਪਰੋਕਸੀਮੇਟਲੀ। ਮੁੰਡਾ ਕਿਹੜੀ ਕਲਾਸ 'ਚ ਪੜ੍ਹਦਾ ਸੀ? ਮੁੰਡਾ BA ਕਰ ਰਿਹਾ ਸੀਗਾ ਜੀ। ਅੱਛਾ, ਕਿਹੜੇ ਕਾਲਜ 'ਚ? ਕਾਲਜ ਤਾਂ ਨਹੀਂ ਕਲੀਅਰ ਹੈਗਾ ਜੀ। ਠੀਕ ਹਾਂਜੀ। ਇਹ ਸਾਨੂੰ ਅੱਜ ਸਵੇਰੇ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਪਤਨੀ ਗੋਪਾਲ ਸਿੰਘ ਵਾਸੀ ਚੀਮਾ ਨੇ ਇਤਲਾਹ ਦਿੱਤੀ ਕਿ ਸਾਡੇ ਘਰ ਘਰੇਲੂ ਕਲੇਸ਼ ਰਹਿੰਦਾ ਸੀ, ਮੇਰਾ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਕੋਈ ਸੰਬੰਧ ਸੀ ਜਿਸ ਕਰਕੇ ਘਰ ਕਲੇਸ਼ ਰਹਿੰਦਾ ਸੀ। ਰਾਤੀ 11 ਵਜੇ ਕਰੀਬ, ਬੀਤੀ ਰਾਤ 11 ਵਜੇ ਕਰੀਬ ਗੋਪਾਲ ਸਿੰਘ ਨੇ ਆਪਣੇ ਬੇਟੇ ਅਮਨਦੀਪ ਦੇ, ਜੋ ਕਿ 19 ਸਾਲ ਦਾ ਸੀ, ਗੋਲੀ ਮਾਰ ਕੇ ਉਹਨੂੰ ਮਾਰਤਾ। ਅਮਨਦੀਪ ਕੀ ਕਰਦਾ? ਅਮਨਦੀਪ ਸਿੰਘ ਆਪਣਾ BA ਦੀ ਪੜ੍ਹਾਈ ਕਰ ਰਿਹਾ ਸੀ ਜੀ। ਉਹਦੇ ਡੈਡੀ ਪਿਤਾ ਜੀ ਕੀ ਕਰਦੇ? ਪਿਤਾ ਜੀ ਉਹਦੇ ਫੌਜ 'ਚੋਂ ਰਿਟਾਇਰ ਸੀ ਅਤੇ ਅੱਜ ਕੱਲ੍ਹ ਸਤੌਜ ਵਿਖੇ ਕਿਸੇ ਅਕੈਡਮੀ ਸਕਿਉਰਟੀ ਗਾਰਡ ਦੀ ਡਿਊਟੀ ਕਰ ਰਹੇ ਸੀ। ਕਿਹੜੀ ਤਰ੍ਹਾਂ ਦਾ ਸਰ ਮੁਕੱਦਮਾ ਦਰਜ ਕੀਤਾ ਜੀ? ਇਹ 103(1) BNS ਅਤੇ 27 ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫਤਾਰੀ ਹੋ ਗਈ ਸਰ? ਦੋਸ਼ੀ ਦੀ ਭਾਲ ਜਾਰੀ ਆ, ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰ ਲਾਂਗੇ। ਇਹ ਦੋ ਬੱਚੇ ਸੀ, ਵੱਡੀ ਬੇਟੀ ਹੈ ਜੀ, ਦੋ ਬੱਚੇ ਸੀ ਜੀ, ਵੱਡੀ ਬੇਟੀ ਹੈ, ਛੋਟਾ ਬੇਟਾ, ਘਰ ਵਾਲੀ ਆ ਅਤੇ ਫੌਜੀ ਸੀ ਗੋਪਾਲ ਸਿੰਘ।